ਕਿ ਆਪਣੀ ਫਸਲ ਸੁੱਕੀ ਲੈ ਕੇ ਸਰਕਾਰ ਵੱਲੋਂ ਮਾਪਦੰਡਾ ਦੇ ਮੁਤਾਬਕ ਉਸ ਦੀ ਖਰੀਦ ਨਿਰਵਿਘਨ ਜਾਰੀ ਰਹੇਗੀ 17 ਮੌਚਰ ਹੋਣਾ ਚਾਹੀਦਾ ਉਹਦਾ 16 ਹੋਣਾ ਚਾਹੀਦਾ ਉਹਦਾ 15 ਹੋਣਾ ਚਾਹੀਦਾ ਹੁਣ ਸ਼ਰਤਾਂ ਰੱਖ ਲਓ ਇਹੀ ਮੰਡੀਆਂ 'ਚ ਚੱਕਰ ਆ ਇਹੀ ਆਉਣ ਵਾਲੇ ਦਿਨਾਂ 'ਚ ਆਪਣਾ ਚੱਕਰ ਪੈਣਾਗਾ ਘਰੇ ਸੰਦੂਕ 'ਚ ਰੱਖ ਲਗੇ ਝੋਨਾ ਪੇਟੀ 'ਚ ਰੱਖ ਲਗੇ ਪੇਟੀ 'ਚ ਵੀ ਨਹੀਂ ਪੈਂਦਾ ਨਹੀਂ ਤਾਂ ਉਹਦੇ 'ਚ ਪਾਲੀਏ ਸੰਦੂਕ 'ਚ ਵੀ ਨਹੀਂ ਪੈਂਦਾ ਉਹਦੇ 'ਚ ਪਾਲੀਏ ਬੱਚੇ ਦੀ ਫੀਸ ਭਰਨੀ ਆ ਢੀ ਦਾ ਵਿਆਹ ਕਰਨਾ ਆ ਚਾਰਾਂ ਦਿਨਾਂ ਨੂੰ ਬੈਂਕਾਂ ਵਾਲੇ ਨੋਟਿਸ ਲਾਉਣ ਲੱਗ ਜਾਣਗੇ ਕਿੱਧਰ ਨੂੰ ਜਾ ਕੇ ਤਾਂ ਤਾਂ ਸਰਕਾਰ ਚਾਹੁੰਦੀ ਆ ਆ ਸਿਆਪਾ ਕਰਦੇ ਫਿਰਦੇ ਆ ਛੜਕਾ ਤੇ ਵੀ ਇਹਨਾਂ ਦਾ ਹੀ ਫਸਲ ਨਾ ਖਰੀਦ ਗਏ ਅੱਕ ਥੱਕ ਕੇ ਆ ਉਹਦੀਆਂ ਜ਼ਮੀਨਾਂ ਚੋਂ ਬਾਹਰ ਹੋ ਜਾਣ ਫਸਲ ਇਹਨਾਂ ਦੀ ਵਿਕੇ ਨਾ ਆਉਣ ਵਾਲੇ ਦਿਨਾਂ 'ਚ ਤਰੇਲ ਪਊਗੀ ਹੁਣ ਇਹ ਆਦੇ 16 ਆਲਾ 17 ਆਲਾ ਪੌਚਰ ਹੋਵੇ ਤੇ ਬਾਈ ਜੀ ਤਰੇਲ ਨਾਲ ਉੱਤੇ ਧੁੱਪ ਲੱਗਦੀ ਨਹੀਂਗੀ ਉਹ ਤਾਂ ਸਿੱਲਾ ਹੋਊਗਾ ਹੀ ਹੋਊਗਾ ਤੇ ਅੱਗੇ ਪਾਣੀ ਦੇ ਭਿੱਜੇ ਖਰੀਤੇ ਆ ਜਦੋਂ ਸਰਕਾਰ ਨੂੰ ਅਨਾਜ ਦੀ ਲੋੜ ਸੀਗੀ ਤੇ ਬਾਈ ਉਦੋਂ ਉਦੋਂ ਸੈੱਲ ਕਿੱਧਰ ਜਾਂਦੀ ਸੀ ਉਦੋਂ ਪੌਚਰ ਕਿੱਧਰ ਜਾਂਦਾ ਸੀ ਹੁਣ ਨੱਕ ਮਾਰ ਕੇ ਖਰੀਤੇ ਆ 1000 ਕਰੋੜ ਰੁਪਇਆ ਬੰਦਾ ਕਣਕ ਤੇ ਝੋਨੇ ਦਾ ਤੇ ਇਹ ਤਾਂ ਚੁਟਕੀ ਮਾਰ ਕੇ ਐਮਐਸਪੀ ਦਿੰਦੇ ਸੀਗੇ ਉਹ ਕਿੱਧਰ ਗਈ ਐਮਐਸਪੀ ਅਸੀਂ ਸੰਤੋਸ਼ਤ ਕਿੱਥੇ ਆ 94000 ਰੁਪਇਆ ਗੁੰਡਾ ਟੈਕਸ ਲਾਉਂਦੇ ਆ 70000 ਰੁਪਇਆ ਐਮਐਸਪੀ ਦੇ ਸਕਦੇ ਇਹ ਤਾਂ ਦੀ ਚੁਟਕੀ ਮਾਰ ਕੇ ਅਸੀਂ ਦੇ ਦੇਾਂਗੇ ਮੈਂ ਤਾਂ ਤੇਨੂੰ ਦੱਸਦਾ ਯਾਰ ਤੂੰ ਵੀ ਇੱਥੇ ਆ ਅਸੀਂ ਵੀ ਇੱਥੇ ਆ ਆ ਛੜਕਾਂ ਤੇ ਜਾਮ ਕਰ ਕਰ ਝੋਨਾ ਵੇਚਣਾ ਪਊਗਾ ਲੋਕੋ ਜਾਗ ਜਾਓ ਅਜੇ ਵੀ ਜਾਗ ਜਾਓ ਕੋਈ ਪ੍ਰਬੰਧ ਨਹੀਂ ਮੰਡੀਆਂ ਗਿ ਜਾ ਰਹੀਆਂ ਮੰਡੀਆਂ ਖੋ ਰਹੀਆਂ ਨੀਤੀ ਉਸ ਪਾਲਸੀ ਨਾਲ ਛੋਟੀਆਂ ਜ਼ਮੀਨਾਂ ਖੋਣੀਆਂ ਨੇ ਅੱਜ ਦਾ ਮਸਲਾ ਭਾਰਤੀ ਕਿਸਾਨ ਜੂਨੇ ਨੇਕਤਾ ਗਰਾਹਾਂ ਵੱਲੋਂ ਕੋਠੇ ਅਮੜਗੜ੍ਹ ਦੇ ਵਿੱਚ ਕਈ ਦਿਨ ਹੋ ਗਏ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਬਲਾਕ ਗਿੱਦੜਬਾ 15 ਦਿਨ ਹੋ ਗਏ ਕਿਸਾਨਾਂ ਦਾ ਝੋਨਾ ਵੱਡੇ ਨੂੰ ਟਰਾਲੀਆਂ ਭਰ ਕੇ ਘਰਾਂ ਦੇ ਵਿੱਚ ਲਾਈਆਂ ਸੀ ਘਰਾਂ ਦੇ ਵਿੱਚ ਲਾਉਣ ਨੂੰ ਥਾਣੀ ਸੀ ਸੋ ਨੂੰ ਸਾਰੀ ਗੱਲ ਇਹ ਸਮੱਸਿਆ ਪੂਰੇ ਘਰ ਘਰ ਦੀ ਗੱਲ ਆ ਤੇ ਆਉਣ ਵਾਲੇ ਦਿਨਾਂ 'ਚ ਇਹ ਆਉਣ ਵਾਲੀ ਆ ਵੱਡੀ ਸਮੱਸਿਆ ਸਰਕਾਰ ਨੇ ਪਿਛਲੇ 1 ਮਹੀਨੇ ਤੋਂ ਪ੍ਰਬੰਧ ਕਰਨੇ ਸੀ ਮੰਡੀਆਂ 'ਚ ਠੀਕ ਆ ਸ਼ੈਲਰਾਂ ਦੀ ਕੀ ਸਮੱਸਿਆ ਉਹਨਾਂ ਦਾ ਪ੍ਰਾਣਾ ਜਿਹੜੇ ਕਣਕ ਦੇ ਸੌਰੀ 14 ਚੌਲ ਦੇ ਦਾਣੇ ਆ ਉਹ ਨਹੀਂ ਚੱਕੇ ਗਏ ਜਾਂ ਕੀ ਚੱਕਰ ਸੀ ਉਹ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ ਉਹਨਾਂ ਨੇ ਉਹ ਸੈਲਰ ਵੀ ਹੜਤਾਲ ਤੇ ਸੀ ਆੜਤੀਆ ਵੀ ਹੜਤਾਲ ਤੇ ਸੀ ਮਜ਼ਦੂਰ ਵੀ ਹੜਤਾਲ ਤੇ ਸੀ ਮੰਡੀਆਂ ਦੇ ਵਿੱਚ ਕੋਈ ਪ੍ਰਬੰਧ ਨਹੀਂ ਹੋਇਆ ਕੋਈ ਸਰਕਾਰ ਨੇ ਸੀਰੀਅਸ ਨਹੀਂ ਹੋਈ ਇੱਕ ਮਹੀਨਾ ਹੋ ਗਿਆ ਜਦੋਂ 15 ਦਿਨ ਹੋ ਗਏ ਉਹਨਾਂ ਦਾ ਝੋਨਾ ਘਰਾਂ ਦੇ ਵਿੱਚ ਪਿਆ ਸੀ ਪਿਛਲੇ ਕਈ ਦਿਨਾਂ ਤੋਂ ਮੈਂ ਬਿਮਾਰ ਚੱਲ ਰਿਹਾ ਸੀਗਾ ਮੈਂ ਬੈੱਡ ਰੈਸਟ ਤੇ ਸੀ ਛੁੱਟੀ ਤੇ ਸੀ ਇਹਨਾਂ ਨੇ ਮੈਨੂੰ ਲਗਾਤਾਰ ਉਹ ਲੋਕਾਂ ਨੇ ਫੋਨ ਕੀਤਾ ਵੀ ਭਾਈ ਸਾਡਾ ਝੋਨਾ ਨਹੀਂ ਚੱਕਿਆ ਜਾਂਦਾ ਅਸੀਂ ਇਹ ਕਿ ਵੀ 1-2 ਦਿਨ ਦੇਖਦੇ ਆਪਾਂ ਇਹਦਾ ਮਸਲਾ ਹੱਲ ਕਰਾਂਗੇ ਪ੍ਰਧਾਨ ਜੀ ਆ ਰਹਿਣਾ ਸਾਂਝੀ ਕੀਤੀ ਗੱਲ ਵੀ ਆਪਾਂ ਇੱਕ ਅੱਧੇ ਦਿਨ ਚ ਇਹਦਾ ਮਸਲਾ ਹੱਲ ਕਰਦੇ ਆ ਜਦੋਂ ਪਰਸੋ ਚੌਥੇ ਅਸੀਂ ਵੀਡੀਓ ਵੀ ਪਾਈ ਉਹਦੀ ਘਰੇ ਗਏ ਉਹਨਾਂ ਦੇ ਘਰੇ ਲਾਉਣ ਨੂੰ ਥਾਂ ਨਹੀਂ ਸੀ ਤੇ ਝੋਨਾ ਉਹਨਾਂ ਦਾ ਖਰਾਬ ਹੁੰਦਾ ਜਾਂਦਾ ਸੀਗਾ ਤੇ ਉਹ ਆਦੇਸੀ ਵੀ ਸਾਡੇ ਹੱਥ ਘੜੇ ਆ ਅਸੀਂ ਕੀ ਕੀਤਾ ਅੱਜ ਇਹਦਾ ਤੁਰੰਤ ਐਲਾਨ ਕੀਤਾ ਸਵੇਰ ਵੀ ਆਪਾਂ ਭਲਾਈਆਂਣਾ ਜਿਹੜਾ ਰੋਡ ਹੈ ਬਠਿੰਡਾ ਮੁਕਸਰ ਰੋਡ ਆ ਅਸੀਂ ਇਹਨੂੰ ਜਾਮ ਕਰਾਂਗੇ ਉਸ ਤੋਂ ਬਾਅਦ ਜਦੋਂ ਅਸੀਂ ਸੀਐਡੀ ਦੇ ਧਿਆਨ ਚ ਲਿਆਤਾ ਪ੍ਰਸ਼ਾਸਨ ਦੇ ਲਗਾਤਾਰ ਸਾਨੂੰ ਫੋਨ ਆਉਣ ਲੱਗੇ ਤੇ ਉਸ ਤੋਂ ਬਾਅਦ ਉਹ ਭਰਾ ਨੂੰ ਫੋਨ ਜਾਂਦਾ ਆੜਤੀਏ ਦਾ ਉਹ ਆਦਾ ਵੀ ਤੂੰ ਐ ਕਰ ਤੂੰ ਤੜਕੇ ਲਿਆ ਤੇਰਾ ਝੋਨਾ ਅਸੀਂ ਤੜਕੀ ਤੋਲ ਦਿੰਨੇ ਆ ਤੂੰ ਕੀ ਲੈਣਾਗਾ ਇਸ ਗੱਲ ਤੋਂ ਉਹਦਾ ਦੁਬਾਰਾ ਮੈਨੂੰ ਫੋਨ ਜਾਂਦਾਗਾ ਵੀ ਬਾਈ ਯਾਰ ਮੇਰਾ ਝੋਨਾ ਤੜਕੇ ਤਲ ਜੂਗਾ ਮੈਂ ਕਿਹਾ ਵੀ ਅੱਛਾ ਤੇ ਆਪਾਂ ਫਿਰ ਟਰਾਲੀਆਂ ਨਾ ਲੈ ਕੇ ਜਾਈਗੇ ਤੇ ਆਪਾਂ ਜਾਮ ਰਹਿਣ ਦਿਓ ਮੈਂ ਕਿਹਾ ਵੀ ਤੇਰਾ ਤਾਂ ਤਲ ਤਲ ਜੂਗਾ ਤੇ ਹੋਰਾਂ ਲੋਕਾਂ ਦੀ ਵੀ ਸਮੱਸਿਆ ਹੈ ਆਪਾਂ ਸਾਰਿਆਂ ਦਾ ਹੈਂਡਲ ਕਰਨਾ ਹੈ ਵੀ ਤੈਨੂੰ 15 ਦਿਨ ਪਹਿਲਾਂ ਨਾ ਫੋਨ ਕਰਤਾ ਆੜਤੀਏ ਨੇ ਅੱਜ ਕਿਉਂ ਕਰਤਾ ਇਹ ਸਾਰੇ ਗਲੀ ਮਿਲੀ ਗੱਲ ਹੈ ਵੀ ਅੱਜ ਉਹਦਾ ਆੜਤੀਆ ਦਾ ਮੇਰਾ ਲਾਇਸੈਂਸ ਕੈਂਸਲ ਹੋ ਜਾਊਗਾ ਮੇਰੇ ਤੇ ਪ੍ਰਸ਼ਾਸਨ ਨੇ ਦਬਾਅ ਬਣਾਉਣਾ ਸ਼ੁਰੂ ਕਰਤਾ ਵੀ ਤੂੰ ਸ਼ਿਕਾਇਤ ਕਰ ਰਿਹਾ ਸਾਡੀ ਤੇਰਾ ਲਾਇਸੈਂਸ ਕੈਂਸਲ ਕਰਾਂਗੇ ਅਸੀਂ ਤੇ ਤੂੰ ਝੋਨਾ ਸਟਾਟ ਤੇ ਤੋਲ ਓਦੋਂ ਬਾਅਦ ਕੀ ਹੋਇਆ ਉਹ ਬੰਦੇ ਆੜਤੀਏ ਦੀ ਝੇਪ ਦੇ ਵਿੱਚ ਸਾਡੇ ਲੋਕ ਕਿਉਂਕਿ ਕੱਚੇ ਖਿਡਾਰੀ ਆ ਜਿਹੜੇ ਕੱਚੇ ਪੈਰੀ ਆਂ ਆਇਂ ਤਾਂ ਅਸੀਂ ਘਾਟਾ ਖਾਨਨੇ ਆ ਜਿਹੜੀ ਮੌਕੇ ਦੀ ਫਸਲ ਆ ਸਾਡੀ ਬਰਬਾਦ ਹੋ ਜਾਂਦੀ ਆ ਅਸੀਂ ਆਪਦੇ ਭਾਅ ਸਾਡੀ ਖਰੀਦ ਅਸੀਂ ਕਿਉਂ ਨਹੀਂ ਲੈ ਪਾਉਂਦੇ ਉਹੀ ਤਾਂ ਅਸੀਂ ਰੋਣੇ ਰੋ ਰਹੇ ਆਂ ਵੀ ਅਸੀਂ ਆਪਦੀ ਮਰਜ਼ੀ ਨਾਲ ਖਰੀਦ ਕੇ 20 ਦਿਨ ਹੋ ਗਏ ਝੋਨਾ ਸਾਡੇ ਘਰਾਂ ਦੇ ਵਿੱਚ ਪਿਆ ਹੈ ਵੇਚ ਅਸੀਂ ਸਕਦੇ ਨਹੀਂ ਤੇ ਛੈਲਰ ਵਾਲਿਆਂ ਨੇ ਇਹ ਕਿਹਾ ਸੀ ਵੀ 300 ਰੁਪਿਆ ਕਾਟ ਦਾ ਦਿਓ ਸਾਨੂੰ 300 ਰੁਪਿਆ ਤੇ 2 ਕਿਲੋ ਕਵੰਟਰ ਮਗਰ ਕਾਟ ਅੱਜ ਸੱਟ ਜੋ ਅੱਜ ਤੋਲ ਦਿੰਨੇ ਆ ਕੀ ਭਾਈ ਉਹ ਲੁੱਟ ਨਹੀਂ ਗਈ ਉਹ ਹਿੱਸਾ ਕਿੱਥੋਂ ਕਿੱਥੋਂ ਤੱਕ ਜਾਂਦਾ ਵੀ ਅਸੀਂ ਤੋਲ ਦਿੰਨੇ ਆ ਜੇ ਤਾਂ ਐਂ ਦੇਵੋਗੇ ਉ ਸਾਡੀ ਹੜਤਾਲ ਹੈ ਅੱਜ ਉਹ ਆਰਤੀਏ ਦਾ ਫੋਨ ਆ ਗਿਆ ਆਰਤੀਏ ਦੇ ਝੇਪਣਾ ਉਹ ਕਿਸਾਨ ਰਿਤ ਕੇ ਫੋਨ ਚੱਕਣੋਂ اٹ ਗਿਆ ਅਸੀਂ ਆਪ ਦਾ ਜਿਹੜਾ ਏਜੰਡਾ ਸੀਗਾ ਵੀ ਆਪਾਂ ਅੱਜ ਵਿਰੋਧ ਕਰਨਾ ਹੀ ਕਰਨਾ ਤੇ ਆਪਾਂ ਉਹਦਾ ਕਰਾਂਗੇ ਕਿਉਂਕਿ ਘਰ ਘਰ ਕਿਸਾਨਾਂ ਦੀ ਸਮੱਸਿਆ ਹੈ ਇਹ ਹੱਲ ਕਰਾਉਣੀ ਹੈ ਖਰੀਦ ਸ਼ੁਰੂ ਨਹੀਂ ਹੋ ਰਹੀ ਪ੍ਰਬੰਧ ਨਹੀਂ ਹੋਏ ਮੰਡੀਆਂ ਚ ਤੇ ਉਹ ਅਸੀਂ ਅੱਜ ਆਏ ਆ ਇੱਥੇ ਅਧਿਕਾਰੀ ਪਹੁੰਚ ਗਏ ਐ ਆਦੇ ਆ ਵੀ ਇੱਥੇ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਊਗੀ ਤੜਕੇ ਝੋਨਾ ਆਵੇ ਸ਼ਹਿਰ ਅਸੀਂ ਤੋਲਾਂਗੇ ਜਿੱਦੇ ਆ ਮੰਡੀਆਂ ਚ ਆ ਗਿਆ ਅਸੀਂ ਜ਼ਿੰਮੇਵਾਰੀ ਲੈਣੇ ਆ ਅਸੀਂ ਆਖਾ ਤੁਸੀਂ ਵਿਸ਼ਵਾਸ ਦਿਵਾ ਦਿਓ ਕੋਈ ਚੱਕਰ ਨਹੀਂ ਜੇ ਤੁਸੀਂ ਵਿਸ਼ਵਾਸ ਦਿਵਾਉਂਦੇ ਆ ਖਰੀਦ ਸ਼ੁਰੂ ਹੁੰਦੀ ਹੈ ਸਾਡਾ ਕਿਹੜਾ ਛੌਂਕਾ ਚੜਕ ਤੇ ਬੈਠਣ ਦਾ ਅਸੀਂ ਅਸੀਂ ਰੋਡ ਨਹੀਂ ਜਾਮ ਕਰਦੇ ਇੱਕ ਗੱਲ ਹੋਰ ਆ ਇਨਸਪੈਕਟਰ ਸਾਹਿਬ ਵੀ ਖੜੇ ਐ ਐ ਆਦੇ ਆ ਵੀ ਮੇਰੇ ਕੋਲੇ ਭਲਾਈਆਂ ਨੇ ਵਾਲੀ ਮੰਡੀ ਐ ਵੀ ਜਾਣ ਪੁੱਛ ਕੇ ਕੋਈ ਮੈਸੇਜ ਪਾਇਆ ਗਿਆ ਵੀ ਭਲਾਈਆਂ ਨੇ ਮੰਡੀ ਦੇ ਵਿੱਚ ਝੋਨਾ ਪਿਆ ਵੀ ਉਹਨੂੰ ਚੱਕ ਨਹੀਂ ਰਹੇ ਬਾਰਦਾਨਾ ਨਹੀਂ ਜਾ ਰਿਹਾ ਪ੍ਰਬੰਧ ਨਹੀਂ ਹੋਇਆ ਅਸੀਂ ਪੂਰਗਾਂ ਮੰਡੀਆਂ ਦਾ ਸਵਾਲ ਚੱਕਿਆ ਸੀ ਪੂਰੇ ਪੰਜਾਬ ਦੀ ਪੂਰੇ ਜ਼ਿਲ੍ਹੇ ਦਾ ਸਵਾਲ ਚੱਕਿਆ ਸੀ ਅਸੀਂ ਇਹ ਕਿਹਾ ਸੀ ਬਠਿੰਡਾ ਤੇ ਭਲਾਈਆਂ ਨਾਲ ਰੋਡ ਜਾਮ ਕਰਾਂਗੇ ਅਸੀਂ ਨਾ ਕਿ ਅਸੀਂ ਇਕੱਲੇ ਭਲਾਈਆਂ ਨੇ ਦੀ ਆਵਾਜ਼ ਚੱਕੀ ਸੀ ਕੋਈ ਭਲਾਈਆਂ ਨੇਦਾਰੀ ਇਹ ਮੱਲਣ ਪਿੰਡ ਦੀ ਗੱਲ ਸੀ ਕਿ ਕੋਠੇ ਅਮਨਗੜ੍ਹ ਦੀ 5-6 ਕਿਸਾਨਾਂ ਨੇ 10 ਤੋਂ 12 ਟਰਾਲੀਆਂ ਉਹਨਾਂ ਦੇ ਘਰੇ ਵੱਡੀਆਂ ਪੈਂਆਂ ਝੋਨੇ ਦੀਆਂ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਿਆ ਮੰਡੀ ਦੇ ਵਿੱਚ ਉਹਦੇ ਭਾਈ ਅਸੀਂ ਆੜਤੀਆ ਦੇ ਨਹੀਂ ਲਵਾ ਸਕਦੇ ਇੱਥੇ ਨਾ ਬਾਰਦਾਨਾ ਨਾ ਕੋਈ ਭਾਅ ਲੱਗਦਾ ਨਾ ਬੋਲੀ ਲੱਗਦੀ ਹੈ ਕੋਈ ਨਹੀਂ ਚੱਕਦਾ ਤੇ ਮੁੜ ਕੇ ਇੱਥੇ ਆਏ ਨਾ ਕਿ ਵੀ ਗਊਆਂ ਖਾ ਗਈਆਂ ਝੋਨਾ ਫਿਰ ਇੱਥੇ ਖੱਜਲ ਹੋਊਗੇ ਤੇ ਸਾਡੇ ਹਥਿਆਰ ਹੱਥ ਖੜੇ ਐ ਤੇ ਅੱਜ ਭਾਈ ਉਹਨਾਂ ਨੂੰ ਤੁਰੰਤ ਫੋਨ ਆਇਆ ਜੇ ਆ ਲੋਕ ਇਕੱਠੇ ਹੋਏ ਐ ਤੇ ਮੈਂ ਤੁਹਾਡੇ ਮਾਧਿਅਮ ਰਹੀ ਇੱਕ ਅਪੀਲ ਕਰਦਾ ਵੀ ਆਉਣ ਵਾਲੇ ਦਿਨਾਂ 'ਚ ਜਿਹੜਾ ਝੋਨਾ ਨਾ ਤੁਸੀਂ ਵੀ ਇੱਥੀਆਂ ਤੇ ਅਸੀਂ ਵੀ ਇੱਥੇ ਆ ਇਹ ਧਰਨੇ ਲਾ ਲਾ ਕੇ ਵਿਚਣਾ ਪਊਗਾ ਜਾਮ ਰੋਡ ਕਰ ਕਰਕੇ ਵੇਚਣਾ ਪਊਗਾ ਸਾਨੂੰ ਤਾਂ ਕਹਿੰਦੇ ਆ ਜਾਮ ਲਾ ਲੈਂਦੇ ਆ ਕਿਹਦੀ ਖਾਤਰ ਲਾਉਨੇ ਆ ਅੱਜ ਉਹ ਤਾਂ ਘਰਾਂ ਚ ਬੈਠੇ ਆ ਭਰਾ ਆਰਤੀਏ ਦੀ ਝੇਪ ਬਨ ਗਿਆ ਅਸੀਂ ਤਾਂ ਫੇਰ ਵੀ ਛੜਕਤੇ ਖੜੇ ਆ ਤੇ ਧਰਨੇ ਲਾ ਕੇ ਜਾਮ ਲਾ ਕੇ ਝੋਨਾ ਵੇਚਣਾ ਪਊਗਾ ਮੰਡੀਆਂ ਗਈਆਂ ਬਾਈ ਮੰਡੀਆਂ ਖਤਮ ਹੋ ਗਈਆਂ ਆ ਪਿੰਡਾਂ ਦੇ ਵਿੱਚ ਵੋਟਾਂ ਦਾ ਨਸ਼ਾ ਚੜਿਆ ਹੋਇਆ ਹੈ ਡੀਏਪ ਮਿਲਦੀ ਨਹੀਂਗੀ ਝੋਨਾ ਆਉਣ ਵਾਲੇ ਦਿਨਾਂ ਚ ਵੇਚਣਾ ਵਿਕਣਾ ਨਹੀਂਗਾ ਭਾਈ ਚਰਾ ਖਰਾਬ ਹੋ ਗਿਆ ਇੱਥੇ ਉਹਦੇ ਕਾਗਜ਼ ਰੱਦ ਹੋ ਗਏ ਉਹਦੇ ਕੈਨਸਲ ਹੋ ਗਏ ਉਹਦੇ ਬਹਾਲ ਹੋ ਗਏ ਸਿਰ ਪਾਟੀ ਆਦੇ ਆ 307 26 ਲੱਕੀ ਜਾਂਦੀਆਂ ਪਰ ਸਾਨੂੰ ਸਾਡੀਆਂ ਫਸਲਾਂ ਦਾ ਕਿੱਤੇ ਦਾ ਸਾਡਾ ਬਰਬਾਦ ਹੋ ਰਿਹਾ ਹੈ ਸਰਕਾਰਾਂ ਭੁਲੇਖਾ ਦੇ ਰਹੀਆਂ ਲੋਕੋ ਜਾਗਜੋ ਅਜੇ ਆਹ ਮੰਡੀਆਂ ਗਈਆਂ ਸਾਨੂੰ ਆਵਾਜ਼ਾਂ ਦਿਨੇ ਆ ਜੇ ਮੰਡੀਆਂ ਬਚਾਉਣੀਆਂ ਤੇ ਭਾਈ ਛੜਕਾਂ ਦੇ ਮੈਦਾਨ ਦੇ ਵਿੱਚ ਉਤਰਨਾ ਪਊਗਾ ਨਹੀਂ ਮੰਡੀਕਰਨ ਆ ਹੀ ਖਤਮ ਹੋਊਗਾ ਕਿਉਂਕਿ ਜਿਵੇਂ ਉਹਨੇ ਕਿਹਾ ਸੀਗਾ ਵੀ ਛੇਲਰ ਵਾਲਿਆਂ ਨੇ ਵੀ ਅਸੀਂ ਕਾਟ-ਕਟਦੇ ਆ ਝੋਨਾ ਛੋਡਾ ਹੁਣੇ ਘਾਟੇ ਚ ਵੇਲੇ ਕਰਦੇ ਆਗੇ ਹੋਰ ਉਹ ਕਿਉਂ ਆਦੇ ਆ ਸਰਕਾਰ ਤੱਕ ਤਾਰਾਂ ਜੁੜੀਆਂ ਹੋਈਆਂ ਵੀ ਇਹ ਮੰਡੀਆਂ ਚ ਖਤਮ ਕਰਕੇ ਇਹ ਮੰਡੀਆਂ 'ਚ ਝੋਨਾ ਨਾ ਜਾਵੇ ਸੇਲਰਾਂ ਦੇ ਵਿੱਚ ਇੱਧਰ ਆ ਜੇ ਪ੍ਰਾਈਵੇਟ ਖਰੀਦ ਕਰਕੇ ਜਦੋਂ ਮੰਡੀਆਂ ਦੇ ਵਿੱਚ ਝੋਨਾ ਹੀ ਨਾ ਗਿਆ ਤੇ ਇੱਥੇ ਆਊਗਾ ਕੌਣ ਇੱਥੇ ਤਾਂ ਕਬੂਤਰ ਗੋਲੇ ਬੋਲਣਗੇ ਮੰਡੀਆਂ ਤਾਂ ਗਈਆਂ ਕਿਤੇ ਮੰਡੀ ਮੰਡੀਆਂ 'ਚ ਛੱਡ ਪੈਂਦਾ ਵੇਖਿਆ ਕਿਤੇ ਦਾਣ ਜਿਹੜੀਆਂ ਇਹ ਅਨਾਜ ਮੰਡੀਆਂ ਇਹਨਾਂ ਦਾ ਬਲਕਨ ਹੋਇਆ ਨਹੀਂ ਹੁੰਦਾ ਕਰਾਉਣਾ ਕੀ ਹੈ ਇਹਨਾਂ ਨੂੰ ਤਾਂ ਬਰਬਾਦ ਕਰਨ ਤੇ ਲੱਗਿਆ ਜਿੱਦੇ ਮੰਡੀਆਂ ਖਤਮ ਹੋ ਗਈਆਂ ਤੇ ਉਦੋਂ ਦਾ ਛੋਟੀਆਂ ਜ਼ਮੀਨਾਂ ਕਿੱਥੇ ਰਹੂਗਾ ਅੱਜ ਤਾਂ ਸਾਨੂੰ ਹੈਗਾ ਵੀ 22500 ਨੂੰ ਸਾਡਾ ਝੋਨਾ ਵਿਕਦਾ ਤੇ ਜਿੱਦੇ ਬਾਈ ਜੀ ਇਹਦਾ ਰੇਟ ਨਾ ਮਿਲਿਆ ਤੇ ਮੰਡੀਆਂ ਖਤਮ ਹੋ ਗਈਆਂ ਉਹਦੇ 500 ਨੂੰ ਨਹੀਂ ਕਿਸੇ ਨੇ ਲੈਣਾ ਜਿਵੇਂ ਜੁਪੀ ਬਿਹਾਰ ਦੇ ਵਿੱਚ ਹੈ ਤੇ ਠੇਕੇ 90 9000 ਹੋ ਗਏ ਨਾ ਉਧਰ ਦੇ ਰਹੋਗੇ ਨਾ ਉਧਰ ਦੇ ਤੇ ਇਹੀ ਸਰਕਾਰ ਚਾਹੁੰਦੀ ਹੈ ਵੀ ਇਹਨਾਂ ਦੇ ਹੱਥ ਖੜੇ ਕਰਾ ਕੇ ਤੇ ਜਦੋਂ ਪਤਾ ਵੀ ਝੋਨਾ ਨਹੀਂ ਵਿਕਣਾ ਧਰਨੇ ਲਾ ਲਾ ਕੇ ਵੇਚਣਾ ਪਊਗਾ ਮੰਡੀਆਂ ਦੇ ਵਿੱਚ ਕਿਸੇ ਨੇ ਸਿਆਨਣਾ ਨਹੀਂਗਾ ਇਹ ਖੇਤੀ ਦੇ ਵਿੱਚੋਂ ਇਹਨਾਂ ਨੂੰ ਲੋਕਾਂ ਨੂੰ ਬਾਹਰ ਕੱਢੋ ਤੇ ਉਹ ਸਰਕਾਰ ਮੰਚੇ ਤੇ ਉਤਰੀ ਹੋਈ ਹੈ ਅਸੀਂ ਇਹਦਾ ਪੁਕਤਾ ਅਜ ਵਿਰੋਧ ਕਰਦੇ ਆ ਇਨਸਪੈਕਟਰ ਸਾਹਿਬ ਇੱਥੇ ਆਏ ਖੜੇ ਹੈ ਅਸੀਂ ਆਦੇ ਆ ਵੀ ਜਿੰਨੇ ਕ ਦਾਣੇ ਢੋਲੀ ਚ ਪਾਏ ਆ ਇਹ ਕਲੀਅਰ ਕਰਨ ਵੀ ਕਿਦੋਂ ਖਰੀਦ ਸ਼ੁਰੂ ਹੋਊਗੀ ਕਿੱਦੇ ਤੋਂ ਇਹ ਚਾਲੂ ਹੋਣਗੇ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਚ ਸਮੱਸਿਆ ਨਹੀਂ ਆਊਗੀ ਇਹ ਚੀਜ਼ਾਂ ਇਹਨਾਂ ਨੂੰ ਤੁਸੀਂ ਪੁੱਛ ਲੋ ਖੜੇ ਹਾਂ ਮੈਂ ਚੇਤਨਪਾਲ ਸਿੰਘ ਹਾਂ ਇਨਸਪੈਕਟਰ ਪੰਨਗਰੇਂ ਮੇਰੀ ਡਿਊਟੀ ਮੰਡੀ ਭਲਾਈ ਜਾਣਾ ਵਿਖਿਆ ਹੈ ਮੈਨੂੰ ਸਵੇਰੇ ਅੱਜ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਮੈਸੇਜ ਲੱਗਿਆ ਸੀ ਕਿ ਕੁਝ ਕਾਲ ਆਈ ਹੈਗੀ ਹੈ ਭਲਾਈ ਜਾਣਾ ਦਾਣਾ ਮੰਡੀ ਦੇ ਖਾਤਰ ਉਸ ਤੋਂ ਬਾਅਦ ਜਦੋਂ ਮੈਂ ਰਾਬਤਾ ਕਾਇਮ ਕੀਤਾ ਯੂਨੀਅਨ ਦੇ ਭਰਾਵਾਂ ਨਾਲ ਉਹਨਾਂ ਨੇ ਦੱਸਿਆ ਕਿ ਇਹ ਮੁੱਦਾ ਪੰਜਾਬ ਲੈਵਲ ਦਾ ਤੇ ਖਾਸ ਕਰ ਕੋਠਿਆ ਮੰਨਗੜ ਦੇ ਕਿਸੇ ਜ਼ਿਮੀਂਦਾਰ ਭਰਾ ਦਾ ਹੈ ਜਿਹਦਾ ਕਿ ਕੁਝ ਦਿਨਾਂ ਤੋਂ ਉਹਦੇ ਟਰਾਲੀ ਵਿੱਚ ਮਾਲ ਪਿਆ ਸੀਗਾ ਤੇ ਆੜਤੀਏ ਵੱਲੋਂ ਕੁਛ ਨਾ ਕੁਛ ਕਾਰਨ ਕਰਕੇ ਖਰੀਦ ਨਹੀਂ ਹੋ ਪਾਰੀ ਸੀਗੀ ਜਦੋਂ ਇਹ ਮਾਮਲਾ ਯੂਨੀਅਨ ਨਾਲ ਆੜਤੀ ਨਾਲ ਅਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਡਿਸਕਸ ਕੀਤਾ ਗਿਆ ਉਹ ਮੌਕੇ ਤੇ ਉਹਦਾ ਸੋਲੂਸ਼ਨ ਕੱਢਿਆ ਗਿਆ ਕੱਲ ਮਿਤੀ 10 ਤਰੀਕ ਨੂੰ ਉਸ ਬੰਦੇ ਦੀ ਖਰੀਦ ਹੋ ਜਾਵੇਗੀ ਉਹਦੀ ਖਰੀਦ ਮੁਕਸਰ ਮੇਨ ਮੰਡੀ ਵਿੱਚ ਪਨਗਰੈਨ ਕੋਲੋਂ ਹੋ ਜਾਵੇਗੀ ਜੇਕਰ ਮੇਰੀ ਮੰਡੀ ਜਿਹੜੀ ਹੈਗੀ ਹੈ ਜਿਸ ਦੀ ਮੇਰੀ ਡਿਊਟੀ ਭਲਾਈ ਆਣਾ ਦਾਣ ਮੰਡੀ ਦੇ ਵਿੱਚ ਪਨਗਰੈਨ ਵੱਲੋਂ ਕੀਤੀ ਜਾਏਗੀ ਇਸ ਦੇ ਵਿੱਚ ਮੌਜੂਦਾ ਸਮੇਂ ਸਮਾਂ ਦੇ ਵਿੱਚ ਸਿਰਫ 4-500 ਘਟਾ ਹੀ ਇਸ ਸਮੇਂ ਮੌਜੂਦ ਹੈ ਜੋ ਕਿ ਇਸ ਸਮੇਂ ਸਾਫ ਨਹੀਂ ਹੋਇਆ ਹੈ ਜਿਵੇਂ ਹੀ ਉਹ ਸਾਫ ਹੋ ਜਾਏਗਾ ਉਸ ਦੀ ਖਰੀਦ ਕੀਤੀ ਜਾਵੇਗੀ ਸਰਕਾਰ ਦੇ ਪਖੂਤਾ ਸਾਰੇ ਪ੍ਰਬੰਧ ਪੂਰੇ ਨੇ ਮੈਂ ਆਪ ਜੀ ਰਾਂ ਇੱਕ ਸੁਨੇਹਾ ਹੋਰ ਦੇਣਾ ਚਾਹਨਾ ਹੈ ਕਿਸਾਨ ਭਰਾਵਾਂ ਨੂੰ ਕਿ ਆਪਣੀ ਫਸਲ ਸੁੱਕੀ ਲੈ ਕੇ ਆਣ ਸਰਕਾਰ ਵੱਲੋਂ ਮਾਪਦੰਡਾ ਦੇ ਮੁਤਾਬਕ ਉਸ ਦੀ ਖਰੀਦ ਨਿਰਵਿਘਨ ਜਾਰੀ ਰਹੇਗੀ ਨਹੀਂ ਨਹੀਂ ਇੱਕ ਚੀਜ਼ ਨਹੀਂ ਨਹੀਂ ਅਸੀਂ ਸਰਕਾਰ ਨੂੰ ਜਦੋਂ ਅਨਾਜ ਚਾਹੀਦਾ ਸੀ ਨਾ ਉਦੋਂ ਨਾ ਇਹ ਚੌਲ ਜਦੋਂ ਗਿੱਲੇ ਹੁੰਦੇ ਸੀ ਪਾਣੀ ਦੇ ਪਿੱਛੇ ਹੁੰਦੇ ਸੀ ਸਰ ਉਦੋਂ ਛੋਟੇ ਵੀਰ ਉਦੋਂ ਸਰਕਾਰ ਭੱਜ ਕੇ ਲੈਂਦੀ ਰਹੀ ਹੈ ਹੁਣ ਠੀਕ ਆ ਤੁਸੀਂ ਕਹਿ ਦਿਓ ਵੀ 17 ਆਲਾ ਲਿਓ ਉਹਦਾ 17 ਮੌਚਰ ਹੋਣਾ ਚਾਹੀਦਾ ਉਹਦਾ 16 ਹੋਣਾ ਚਾਹੀਦਾ ਉਹਦਾ 15 ਹੋਣਾ ਚਾਹੀਦਾ ਹੁਣ ਸ਼ਰਤਾਂ ਰੱਖ ਲਓ ਇਹੀ ਮੰਡੀਆਂ 'ਚ ਚੱਕਰ ਆ ਇਹੀ ਆਉਣ ਵਾਲੇ ਦਿਨਾਂ 'ਚ ਆਪਣਾ ਚੱਕਰ ਪੈਣਾਗਾ ਠੀਕ ਹੈ ਅੱਗੇ ਤਰੇਲ ਪੈਣ ਲੱਗ ਜਾਨੀਏ ਸਿੱਲੀ ਹੋ ਜਾਣੀਏ ਚੌਲ ਉਤੋਂ ਉਹ ਧੁੱਪ ਲੱਗਣੀ ਨਹੀਂਗੀ ਇਹ ਫਿਰ ਮਹੀਨਾ ਮਹੀਨਾ ਕੀ ਕਿਸਾਨ ਬੈਠਣਗੇ ਅਸੀਂ ਆਦੇ ਬਿਨਾਂ ਸ਼ਰਤਾਂ ਠੀਕ ਹੈ ਕਿਸਾਨ ਆਪਦੇ ਜਾਣੇ 6 ਮਹੀਨੇ ਪੁੱਤਾ ਵਾਂਗ ਫਸਲ ਪਾਲਦਾ ਵੀ ਉਹ ਨੂੰ ਮਹੀਨਾ ਮਹੀਨਾ ਮੰਡੀਆਂ 'ਚ ਧੱਕੇ ਖਾਣੇ ਪਵੇ ਘਰੇ ਸੰਦੂਕ 'ਚ ਰੱਖ ਲ ਕੇ ਝੋਨਾ ਪੇਟੀ ਚ ਰੱਖ ਲਗੇ ਪੇਟੀ ਚ ਵੀ ਨਹੀਂ ਪੈਂਦਾ ਨਹੀਂ ਤਾਂ ਉਹਦੇ ਚ ਪਾਲ ਗਏ ਸੰਦੂਕ ਚ ਵੀ ਨਹੀਂ ਪੈਂਦਾ ਉਹਦੇ ਚ ਪਾਲ ਗਏ ਬੱਚੇ ਦੀ ਫੀਸ ਭਰਨੀ ਆ ਢੀ ਦਾ ਵਿਆਹ ਕਰਨਾ ਆ ਚਾਰਾਂ ਦਿਨਾਂ ਨੂੰ ਬੈਂਕਾਂ ਵਾਲੇ ਨੋਟਸ ਲਾਉਣ ਲੱਗ ਜਾਣਗੇ ਕਿੱਧਰ ਨੂੰ ਜਾ ਕੇ ਤਾਂ ਤਾਂ ਸਰਕਾਰ ਚਾਹੁੰਦੀ ਆ ਆ ਸਿਆਪਾ ਕਰਦੇ ਫਿਰਦੇ ਆ ਛੜਕਾ ਤੇ ਵੀ ਇਹਨਾਂ ਦਾ ਹੀ ਫਸਲ ਨਾ ਖਰੀਦ ਗਏ ਚਿਤ ੱੱਕੇ ਅੱਕ ਥੱਕ ਕੇ ਉਹਦੀਆਂ ਜ਼ਮੀਨਾਂ ਚੋਂ ਬਾਹਰ ਹੋ ਜਾਣ ਫਸਲ ਇਹਨਾਂ ਦੀ ਵਿਕੇ ਨਾ ਐਮ ਐਸ ਪੀ ਦੋ ਫਸਲਾਂ ਤੇ ਮਿਲਦੀ ਆ ਕਣਕ ਤੇ ਝੋਨਾ ਤੇ ਮਾੜੀ-ਮੋਟੀ 70000 ਕਰੋੜ ਰੁਪਇਆ ਬੰਦਾ ਕਣਕ ਤੇ ਝੋਨੇ ਦਾ ਤੇ ਇਹ ਤਾਂ ਚੁਟਕੀ ਮਾਰ ਕੇ ਐਮਐਸਪੀ ਦਿੰਦੇ ਸੀਗੇ ਉਹ ਕਿੱਧਰ ਗਈ ਐਮਐਸਪੀ ਫਰੀਦਲੈਂਡ ਝੋਨਾ ਸਰਕਾਰ 94000 ਰੁਪਇਆ ਗੁੰਡਾ ਟੈਕਸ ਲਾਉਂਦੀ ਆ ਸਰਕਾਰ ਜਿਹੜਾ ਗੁੰਡਾ ਟੈਕਸ ਲੱਗਦਾ 10000 ਰੁਪਇਆ ਤੁਸੀਂ ਇਧਰੋਂ ਕੱਢ ਲਓ ਪੀਆਰਟੀਸੀ ਚੋਂ 30 20000 21000 ਕਰੋੜ ਰੁਪਇਆ ਬਜਰੀ ਚੋਂ ਅਸੀਂ ਸੰਤੋਸ਼ਤ ਕਿੱਥੇ ਆ 94000 ਰੁਪਇਆ ਗੁੰਡਾ ਟੈਕਸ ਲਾਉਂਦੇ ਆ 70000 ਰੁਪਇਆ ਐਮਐਸਪੀ ਦੇ ਦੇ ਸਕਦੇ ਤਾਂ ਇਹ ਚੁਟਕੀ ਮਾਰ ਕੇ ਅਸੀਂ ਦੇ ਦੇਾਂਗੇ ਤੇ ਯਾਰ ਅਜੇ ਫੇਰ ਉੱਥੇ ਫੇਰ ਆ ਗਈ ਗੱਲ ਵੀ 15 ਵਾਲਾ ਹੋਵੇ 16 ਵਾਲਾ ਹੋਵੇ ਸ਼ਰਤਾਂ ਮੰਡੀਆਂ ਚ ਲੱਗਣੀਆਂ ਮੈਂ ਤਾਂ ਤੁਹਾਨੂੰ ਦੱਸਦਾ ਯਾਰ ਤੂੰ ਵੀ ਇੱਥੇ ਆਸੀ ਵੀ ਇੱਥੇ ਆ ਆ ਛੜਕਾਂ ਤੇ ਜਾam ਕਰ ਕਰ ਝੋਨਾ ਵੇਚਣਾ ਪਊਗਾ ਲੋਕੋ ਜਾਗ ਜੋ ਅਜੇ ਵੀ ਜਾਗ ਜੋ ਕੋਈ ਪ੍ਰਬੰਧ ਨਹੀਂ ਮੰਡੀਆਂ ਕਿ ਜਾ ਰਹੀਆਂ ਮੰਡੀਆਂ ਖੋ ਰਏ ਆ ਨੀਤੀ ਉਸ ਪਾਲਿਸੀ ਨਾਲ ਛੋਟੀਆਂ ਜ਼ਮੀਨਾਂ ਖੋਣੀਆਂ ਨੇ ਇਨਸਪੈਕਟਰ ਸਾਹਿਬ ਵੀ ਇੱਥੇ ਖੜੇ ਐ ਇਹ ਵੀ ਆਪਣੇ ਧੀਆਂ ਪੁੱਤ ਆ ਪਰ ਮੈਂ ਇਹਨਾਂ ਨੂੰ ਆਦਾ ਤੁਸੀਂ ਖਰੀਦ ਚਾਲੂ ਕਰੋ ਆਉਣ ਵਾਲੇ ਦਿਨਾਂ ਚ ਤਰੇਲ ਪਊਗੀ ਹੁਣ ਇਹ ਆਦੇ 16 ਵਾਲਾ 17 ਵਾਲਾ ਬਾਊਚਰ ਹੋਵੇ ਤੇ ਬਾਈ ਜੀ ਤਰੇਲ ਨਾਲ ਉੱਤੇ ਧੁੱਪ ਲੱਗਦੀ ਨਹੀਂਗੀ ਉਹ ਤਾਂ ਸਿੱਲਾ ਹੋਊਗਾ ਹੀ ਹੋਊਗਾ ਤੇ ਅੱਗੇ ਪਾਣੀ ਦੇ ਭਿੱਜੇ ਖਰੀਦਿਆ ਜਦੋਂ ਸਰਕਾਰ ਨੂੰ ਅਨਾਜ ਦੀ ਲੋੜ ਸੀਗੀ ਤੇ ਭਾਈ ਉਦੋਂ ਉਦੋਂ ਸੈੱਲ ਕਿੱਧਰ ਜਾਂਦੀ ਸੀ ਉਦੋਂ ਪੌਂਚਰ ਕਿੱਧਰ ਜਾਂਦਾ ਸੀ ਹੁਣ ਨੱਕ ਮਾਰ ਕੇ ਖਰੀਦਦੇ ਆ ਇਹੀ ਤਾਂ ਚੀਜ਼ ਆ ਹੱਥ ਖੜੇ ਕਰਾ ਕੇ ਵੀ ਇਹਨਾਂ ਨੂੰ ਲੋਕਾਂ ਨੂੰ ਜ਼ਮੀਨਾਂ ਚੋਂ ਬਾਹਰ ਕੱਢੋ ਫਸਲ ਚੋਂ ਅੱਕ ਜਾਣ ਥੱਕ ਜਾਣ ਦਿਓ ਸਾਨੂੰ ਰੇਟ ਐਮ ਐਸ ਪੀ ਦੇਣ ਸਬਜ਼ੀਆਂ ਦਾ ਦੇਣ ਆਲੂ ਅਸੀਂ 1.5 ਰੁਪਿਆ ਕਿਲੋ ਵੇਚਿਆ ਅੱਜ ਆਲੂ ਅਸੀਂ ਆਪ ਲੈਣਾ ਤਾਂ 30 ਰੁਪਏ 40 ਰੁਪਏ ਕਿਲੋ ਆ ਉਹੀ ਆਲੂ ਆ ਦੇ ਦੇਣ ਗਰੰਟੀ ਆ ਨਵੀਂ ਖੇਤੀ ਨੀਤੀ ਲੈ ਕੇ ਆਏ ਆ ਕਰਨ ਭਗਵੰਤ ਮਾਨ ਸਾਹਿਬ ਕਿਉਂ ਭਜਦੇ ਆ ਮੈਦਾਨ ਛੱਡ ਕੇ ਯਾਰ ਲੋਕਾਂ ਨੂੰ ਫਾਹੇ ਨਾ ਟੰਗੋ ਅਸੀਂ ਤਾਂ ਭਾਈ ਖੱਫਣ ਬੰਨ ਕੇ ਮੈਦਾਨ ਚ ਆਏ ਆ ਆ ਜਿਹੜੇ ਕੱਚੇ ਖਿਡਾਰੀ ਐ ਜਿਨ੍ਹਾਂ ਨੂੰ ਆਰਤੀਆਂ ਦਾ ਫੋਮ ਆ ਗਿਆ ਹੁਣ ਮੈਂ ਕਿਹਾ ਭਾਈ 15 ਦਿਨ ਪਹਿਲਾਂ ਨਾ ਤੈਨੂੰ ਕਹਿਤਾ ਆਰਤੀਆਂ ਨੇ 15 ਦਿਨ ਪਹਿਲਾਂ ਨਾ ਆ ਗਿਆ ਤੈਨੂੰ 15 ਦਿਨ ਹੋ ਗਏ ਤੇਰਾ ਕੁਕ ਝੋਂਦਾ ਘਰੇ ਪਿਆ ਜਦੋਂ ਕਹਿਤਾ ਛੜਕ ਤੇ ਜਾ ਕੇ ਬੈਨੇ ਆ ਮਿੰਟਾ ਚਾਦਾ ਆਰਤੀਆਂ ਦਾ ਲਿਆ ਝੋਨਾ ਤੇਰਾ ਤੋਲਾ ਤੁਹਾਨੂੰ ਤਾਂ ਥੋੜੇ ਡਰ ਤੋਂ ਹੈ ਉਹ ਚੀਜ਼ ਹੋਈ ਆ ਤੁਹਾਨੂੰ ਕੀ ਲੱਗਦਾ ਸਾਡੇ ਡਰ ਤੋਂ ਨਹੀਂ ਸਾਡੇ ਡਰ ਤੋਂ ਨਹੀਂ ਲੋਕਾਂ ਦਾ ਏਕਾ ਜਥੇਬੰਦ ਘਟਾਂਚਾ ਲੋਕ ਤਾਕਤ ਦੇ ਏਕੇ ਨਾਲ ਸਾਡੇ ਡਰ ਨਹੀਂ ਅਸੀਂ ਕੌਣ ਆ ਡਰਾਉਣ ਵਾਲੇ ਜਥੇਬੰਦ ਘਟਾਂਚਾ ਲੋਕਾਂ ਦਾ ਇੱਕ ਆ ਵੀ ਹੁਣ ਸੜਕਾਂ ਤੇ ਆ ਕੇ ਲੋਕ ਸੜਕਾਂ ਜਾਮ ਹੋਣਗੀਆਂ ਤੇ ਜਿਹੜਾ ਚੌਥਾ ਥਾਂ ਤੁਸੀਂ ਹੋ ਜਿਹੜੇ ਕੰਨਾਂ ਤੱਕ ਸਰਕਾਰ ਦੇ ਆਵਾਜ਼ ਪਹੁੰਚਾਉਣੇ ਹੋ ਛੋਟੇ ਵਰਗੇ ਭਰਾਵਾਂ ਕਰਕੇ ਹੁਣ ਸੰਤੁਸ਼ਟੀ ਹੋ ਜੋ ਇੰਸਪੈਕਟਰ ਸਾਹਿਬ ਨੇ ਗੱਲ ਕਹੀ ਹੈ ਨਹੀਂ ਅਸੀਂ 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 ਤਾਂ ਇਹ ਆ ਵੀ ਇਹ ਖਰੀਦ ਸੰਤੁਸ਼ਟੀ ਹੈ ਸਾਡਾ ਜੀਕਰ ਦਾ ਸੜਕ ਤੇ ਬੈਠਣ ਨੂੰ ਇਹ ਝੋਨਾ ਚੱਕਣ ਸਾਡਾ ਖਰੀਦ ਸ਼ੁਰੂ ਕਰਨ ਮੰਡੀਆਂ ਚ ਪ੍ਰਬੰਧ ਕਰਨ ਪਾਣੀਆਂ ਦੇ ਪ੍ਰਬੰਧ ਹੋਣ ਲਾਈਟਾਂ ਦੇ ਪ੍ਰਬੰਧ ਹੋਣ ਇੱਥੇ ਮੋਟਰਾਂ ਦੇ ਪ੍ਰਬੰਧ ਹੋਣ ਇੱਥੇ ਸਾਰੇ ਮੰਡੀਆਂ ਦੀ ਸਫਾਈ ਕੀਤੀ ਜਾਵੇ ਤੇ ਝੋਨਾ ਤਰੰਤ ਬਾਰਦਾਨਾ ਆਵੇ ਤਰੰਤ ਉਹਦੀ ਬੋਲੀ ਲੱਗੇ ਸਰਕਾਰੀ ਉਹਦੀ ਖਰੀਦ ਹੋਵੇ ਜੇ ਸੇਲਰਾਂ ਦੀ ਸੈਟਿੰਗ ਨਹੀਂ ਬੈਠ ਰਹੀ ਤੇ ਸਰਕਾਰ ਆਪ ਦੇ ਸਰਕਾਰੀ ਕਦਮ ਲਾ ਕੇ ਖਰੀਦ ਲੇਗਾ ਇਹਦਾ ਚੁਟਕੀ ਮਾਰ ਕੇ ਖਰੀਦ ਲੈਂਦੇ ਆ ਤੇ ਆਪ ਦੇ ਸਰਕਾਰੀ ਕਦਮਾਂ ਚ ਰੱਖ ਲੈਣ ਸਰਕਾਰੀ ਖਰੀਦ ਸ਼ੁਰੂ ਕਰਨ ਇਹ ਸਰਕਾਰ ਦੀ ਟੈਨਸ਼ਨ ਉਹਨਾਂ ਨੇ ਕਿੱਥੇ ਰੱਖਣਾਗਾ ਉਹਨਾਂ ਨੂੰ ਫਿਕਰ ਨਹੀਂ ਸੀ ਵੀ ਫਸਲ ਉੱਤੇ ਸਿਰਤੇ ਆਉਂਦੀ ਜਾਂਦੀ ਹੈ ਪਰਚਾ ਤਾਂ ਵੇਂਦਾ ਦਰਜ ਕਰ ਦੇਣਗੇ ਜਿੱਦੇ 10 ਦਿਨਾਂ ਨੂੰ ਪਰਾਲੀ ਨੂੰ ਅੱਗ ਲਾਤੀ ਸਾਡੀ ਮਜਬੂਰੀ ਹੈ ਅਸੀਂ ਸ਼ੌਂਕ ਨੂੰ ਨਹੀਂ ਲਾਉਂਦੇ ਕੀ ਸਬਸਿਡੀ ਦੇਤੀ 3000 ਰੁਪਿਆ ਕਿੱਲਾ ਜਿਹੜੀ ਕਿਸਾਨਾਂ ਨੂੰ ਦੇਣੀ ਸੀ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ 'ਚ ਡਾਂਗ ਖੜਕਣੀ ਆ ਸਬਸਿਡੀ ਪਾਉਣ ਆ ਕਿਸਾਨਾਂ ਨੂੰ ਉਹ ਟਾਂਗਰ ਕਿੱਥੇ ਲੈ ਕੇ ਜਾਈਗੇ ਹੁਣ ਮਜਬੂਰੀ ਆ ਸਾਡੀ ਅੱਗ ਲਾਉਣੀ ਉਹ ਵੀ ਅਸੀਂ ਲਵਾਉਂਦੇ ਨਹੀਂਗੇ ਸਾਡਾ ਛੌਂਕ ਨਹੀਂ ਸਾਡੀ ਮਜਬੂਰੀ ਆ ਉਹਨੂੰ ਮਜਬੂਰੀ ਨੂੰ ਸਾਡੀ ਨੂੰ ਛੌਂਕ ਨਾ ਸਮਝੋ ਇਸ ਕਰਕੇ ਵੋਟਾਂ ਦਾ ਨਸ਼ਾ ਲਾ ਕੇ ਝੰਡਾ ਚੱਕ ਕੇ ਡੰਡਾ ਪਾ ਕੇ ਆਜੋ ਜੇ ਆਪਦੀਆਂ ਫਸਲਾਂ ਵੇਚਣੀਆਂ ਜ਼ਮੀਨਾਂ ਸੰਭੜਨੀਆਂ ਤਾਂ